तेरे कुट्टिया किन्नी मुते बात आई मुंडे आई तो यह कहना मैं नहीं जाना उन्होंने असं इन्हू पुछा भी वजह की है इन्हें यही दस्या भी मैं मतलब मैं कुटते मारते हैं मैं नहीं जाना इन्होंने बाकी कितने कितने मारते बच्चे बच्चा कहना मैं कितने कितने मारते बिचों तो बाकी जोड़ा आ ज़्यादा जुल्म बच्चे तो करता ही मतलब ज़्यादा हो गया ये मतलब कहते हैं भी मैं अपन घरवाले घलती हाँ ये फुफड़ वो लै जाता इन आ तो जो लैन आया बच्चा डर गया उस तो बच्चा जरा डर के तो ये मतलब लुक गया उसे स्कूल के बच्चे एक नूर इन्हें तेरे जो सट्टा लगिया ने कि मारे मेरे फुफड़ जी ने तो ये बाद जो असं रात इन लाशा वेखिया तो फिर जाके सू जरा माड़ा जहा भी पता लगा भी बच्चे ने कुटिया मारिया बहुत आ एडी माड़ी गल इन्नी शर्मनाक हरकत एक छोटे जे मासूम बच्चे दे नाल भी कोई थोड़ी जी भी तुहाडे च मतलब जलादा वाले काम एक बच्चे नू मारना है कोई बहुत चंगी गल तो है नहीं इन्नी कि यहो जी बच्चे ने गलती करती जिहड़ा इन्ना उन्हूं कुटना दे सिर ते सट्टां लातियां लक्क ते डॉक्टर भी वेख के हैरान हो गए कि एक मासूम बच्चे दे नाल इन्ने कुट मार जदों इन्हूं पुछिया इहदे माता पिता कहिंदा भी उह 1.5 साल तो ही मैनूं छड्ड के सीगे वो भूआ फुफड़ कोल रहि डिया जे नहीं उन्हां रखणा ते उत्थे बहुत लोक लोड़ आ जिन्हां नूं बच्चिआं दी उहनूं दे दो कार्रवाई तुहानूं पता ही है जी साडे देश दीआं सरकारां ते साडा प्रशासन जदों कहिंदा तुसीं इहो जी गल करोगे तुहानूं कहिंदा थाणे 'च फोर्स ही नहीं हैगी इह मैडिकल करवाउणा काम सरकारां दा सीगा प्रशासन दा सीगा तो कोठे तों किसे ने दस्सिआ कि इधर नूं लाल निकर पा के भज्जिआ फिर असीं वेख्या ते झाड़ियां दे विच लुकिआ सी ਪੰਜਾਬੀ ਲੋ ਚੜ੍ਹਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਜੰਡਿਆਲਾ ਗੁਰੂ ਦੇ 6 ਸਾਲ ਦੇ ਬੱਚੇ ਦੇ ਉਸਦੇ ਭੂਆ ਅਤੇ ਫੁੱਫੜ ਵੱਲੋਂ ਜਿਹੜਾ ਕਿ ਛਿੱਦਰ ਢਾ ਗਿਆ ਵਾ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਸ ਬੱਚੇ ਦੀਆਂ ਛੋਟਾ ਜਿਹਾ ਬੱਚਾ 6 ਸਾਲ ਦਾ ਜਿਸਦੇ ਸਿਰ ਤੁਸੀਂ ਦੇਖ ਰਹੇ ਹੋ ਸੱਟਾਂ ਲੱਗੀਆਂ ਨੇ ਸਿਰ 'ਤੇ ਪੱਟੀ ਬੰਨੀ ਹੋਈ ਆ ਅਤੇ ਉਸਦੇ ਜਿਹੜੇ ਪਿੱਠ 'ਤੇ ਵੀ ਜਿਹੜੇ ਨੇ ਬਹੁਤ ਸੱਟਾਂ ਦੇ ਨਿਸ਼ਾਨ ਹੈ ਡਾਕਟਰਾਂ ਵੱਲੋਂ ਜਿਹੜੀ ਕਿ ਪੱਟੀ ਕੀਤੀ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ 6 ਸਾਲ ਦਾ ਬੱਚਾ ਵਾ ਕਿਸ ਤਰ੍ਹਾਂ ਜਿਹੜਾ ਉਸਦੇ ਛਿੱਦਰ ਢਾਇਆ ਗਿਆ ਵਾ ਅੱਛੇ ਬੱਚੇ ਦਾ ਕੀ ਹਾਲਾਤ ਕੀ ਨੇ ਛੋਟੇ ਜਿਹੇ ਬੱਚੇ ਦੇ ਸਾਰੇ ਪਿੰਡ 'ਤੇ ਜਿਹੜੀ ਕਿ ਪੱਟੀ ਕੀਤੀ ਗਈ ਆ ਗੱਲਬਾਤ ਕਰਾਂਗੇ ਪਿੰਡ ਵਾਸੀ ਵੀ ਸਾਡੇ ਨਾਲ ਨੇ ਜਿਹੜੇ ਸਮਾਜ ਸੇਵੀ ਜਿਹੜੇ ਨਾਲ ਲੈ ਕੇ ਇਸ ਬੱਚੇ ਨੂੰ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਵੀਰ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਅਤੇ ਹੋਇਆ ਕੀ ਸੀ ਬੱਚੇ ਸਾਰਾ ਮੇਰਾ ਨਾਂ ਕਸ਼ਮੀਰ ਸਿੰਘ ਹੈ ਜੀ ਅਤੇ ਕਿੱਥੇ ਕੰਮ ਕਰਦੇ ਹੋ ਕੀ ਹੋਇਆ ਕੀ ਬੱਚੇ ਨਾਲ ਮੈਂ ਸੈਂਟ ਪੀਟਰ ਸਕੂਲ ਦੇ ਵਿੱਚ ਚੌਂਕੀਦਾਰ ਹਾਂ ਜੀ ਹਾਂਜੀ ਅਤੇ ਇਹ ਬੱਚੇ ਨੂੰ 3 ਵਜੇ ਛੁੱਟੀ ਹੋਈ ਹੈ ਜੀ ਅਤੇ ਇਹ ਬੱਚੇ ਨੂੰ ਮਤਲਬ ਆਪਣੇ ਯਾਰ ਦੋਸਤ ਦੇ ਘਰ ਚਲੇ ਗਿਆ ਜੀ ਅਤੇ ਯਾਰ ਦੋਸਤ ਦੇ ਘਰੋਂ ਉਹ 4:45 ਛੱਡ ਗਿਆ ਜੀ 4:45 ਅਸੀਂ ਇਹਦੀ ਡਾਇਰੀ ਤੋਂ ਫੋਨ ਨੰਬਰ ਕੱਢ ਕੇ ਇਹਦੀ ਫੋਨ ਕੀਤਾ ਸੀਗਾ ਇਹਦੀ ਮਾਂ ਦਾ ਨੰਬਰ ਹੋਊਗਾ ਇਹਦੀ ਭੂਆ ਨੇ ਫੋਨ ਚੁੱਕਿਆ ਉਹ ਇੱਕ ਟਿਵਾ 'ਤੇ ਆਈ ਇਹਦੇ ਨਾਲ ਮੁੰਡੇ ਨੂੰ ਆਈ ਅਤੇ ਇਹ ਕਹਿੰਦਾ ਮੈਂ ਨਹੀਂ ਜਾਣਾ ਉਹਨਾਂ ਨਾਲ ਅਸੀਂ ਇਹਨੂੰ ਪੁੱਛਿਆ ਵੀ ਵਜ੍ਹਾ ਕੀ ਹੈ ਇਹਨੇ ਇਹੀ ਦੱਸਿਆ ਵੀ ਮੈਂ ਮਤਲਬ ਮੈਨੂੰ ਕੁੱਟਦੇ ਮਾਰਦੇ ਆ ਮੈਂ ਨਹੀਂ ਜਾਣਾ ਇਹਨਾਂ ਨਾਲ ਅਤੇ ਬਾਅਦ ਵਿੱਚ ਅਸੀਂ ਚਲੋ ਧੱਕੇ ਨਾਲ ਇਹਨੂੰ ਘੱਲਤਾ ਵੀ ਇੱਕ ਵਾਰੀ ਸਾਡਾ ਫਰਜ਼ ਆ ਵੀ ਇਹਨੂੰ ਹੈਂਡਓਵਰ ਕਰਨ ਦਾ ਕਿਉਂਕਿ ਸਾਡਾ ਜੋ ਜਿਹੜਾ ਵੀ ਸਕੂਲ ਦਾ ਰੂਲ ਆ ਵੀ ਚੌਂਕੀਦਾਰ ਨੇ ਜਿਹੜਾ ਬੱਚਾ ਰਹਿ ਗਿਆ ਵਾ ਉਹਨੂੰ ਉਹਦੇ ਆਪਣਾ ਫੋਨ ਤੋਂ ਫੋਨ ਲਾ ਕੇ ਉਹਦੇ ਮਾਂ ਪਿਓ ਦੇ ਹੈਂਡਓਵਰ ਕਰਨਾ ਅਤੇ ਬਾਅਦ ਵਿੱਚ ਇਹਨੂੰ ਅਸੀਂ ਘਲਾ ਦਿੱਤਾ ਘਰੇ ਅਤੇ ਇਹ ਬੱਚਾ ਰਾਤ 7:45 ਕੋਈ ਬਾਹਰ ਘੁੰਮ ਰਿਹਾ ਸੀ ਸਰ ਅਤੇ ਇਹਨੂੰ ਆਪਣੇ ਸਕੂਲ ਦੇ ਵਿੱਚ ਕੋਈ ਜਣੇ ਫੜ ਕੇ ਅਤੇ ਛੱਡ ਕੇ ਅਤੇ ਸਕੂਲ ਦਾ ਬੈਗ ਇਹਦੇ ਪਿੱਛੇ ਪਿਆ ਸੀ ਮੈਨੂੰ ਇਹ ਸੁਵੀਰ ਜੀ ਬੱਚੇ ਦੇ ਮਾਂ ਬਾਪ ਕਿਉਂ ਨਹੀਂ ਲੈਣ ਵਾਸਤੇ ਆਏ ਭੂਆ ਫੁੱਫੜੀ ਕਿਉਂ ਆਏ ਨੇ ਮਾਂ ਬਾਪ ਕਿੱਥੇ ਨੇ ਬੱਚੇ ਦੇ ਸਰ ਅਸੀਂ ਬੱਚੇ ਨੂੰ ਪੁੱਛਿਆ ਸੀ ਅਤੇ ਬੱਚਾ ਕਹਿੰਦਾ ਵੀ ਮੇਰੇ ਮਾਂ ਬਾਪ ਦਾ ਤਲਾਕ ਹੋ ਗਿਆ ਵਾ ਮੇਰਾ ਜਿਹੜਾ ਬਾਪ ਆ ਉਹ ਰਹਿੰਦਾ ਲੁਧਿਆਣੇ ਛੋਟੀ ਭੂਆ ਕੋਲ ਅਤੇ ਬੱਚੇ ਦੇ ਕਹਿਣ ਦੇ ਮੁਤਾਬਕ ਤਾਂ ਇਹੀ ਹੈ ਜੀ ਅਤੇ ਬਾਕੀ ਇਹ ਆਉਂਦਾ ਵੀ ਮੈਂ ਆਪਣੇ ਜੰਡਿਆਲੇ ਵੱਡੀ ਭੂਆ ਕੋਲ ਰਹਿੰਦਾ ਬੱਚਾ ਜਿਹੜਾ ਵਾ ਤੁਹਾਡੇ ਸਕੂਲ ਵਿੱਚ ਕਿੰਨੇ ਸਮੇਂ ਤੋਂ ਪੜ੍ਹ ਰਿਹਾ ਵਾ ਅਤੇ ਹਮੇਸ਼ਾ ਬੱਚੇ ਨੇ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਜਾਂ ਪਹਿਲੀ ਵਾਰੀ ਕੀਤੀ ਗਈ ਇਸ ਤਰ੍ਹਾਂ ਕੁੱਟਮਾਰ ਦੇਖੋ ਜੀ ਅਸੀਂ ਤਾਂ ਪਹਿਲੀ ਵਾਰ ਦੇਖਿਆ ਜੀ ਅੱਜ ਅਤੇ ਬਾਕੀ ਹੁਣ ਬੱਚਾ ਦੱਸ ਰਿਹਾ ਵੀ ਮੇਰੇ ਕੋਲ ਇਹ ਕੰਮ ਵੀ ਕਰਾਉਂਦੇ ਰਹੇ ਆ ਅਤੇ ਬਾਕੀ ਕਿਤੇ ਕਿਤੇ ਮਾਰਦੇ ਆ ਬੱਚੇ ਨੂੰ ਬੱਚਾ ਕਹਿੰਦਾ ਮੈਨੂੰ ਕਿਤੇ ਕਿਤੇ ਮਾਰਦੇ ਵਿੱਚੋਂ ਅਤੇ ਬਾਕੀ ਜਿਹੜਾ ਆ ਜ਼ਿਆਦਾ ਜ਼ੁਲਮ ਬੱਚੇ 'ਤੇ ਕਰ ਦਿੱਤਾ ਇਹ ਮਤਲਬ ਜ਼ਿਆਦਾ ਹੋ ਗਿਆ ਮੈਨੂੰ ਇਸ ਤੋਂ ਵੀ ਜਦੋਂ ਤੁਹਾਡੇ ਵੱਲੋਂ ਭੂਆ ਫੁੱਫੜ ਨੂੰ ਫੋਨ ਕੀਤਾ ਗਿਆ ਵੀ ਬੱਚੇ ਨੂੰ ਆ ਕੇ ਲੈ ਕੇ ਜਾਓ ਅਤੇ ਉਸ ਵੱਲੋਂ ਕੀ ਹਾਲਾਤ ਕੀ ਸੀ ਜਦੋਂ ਫੁੱਫੜ ਲੈ ਕੇ ਆਇਆ ਸੀ ਜਾਂ ਕੌਣ ਲੈਣ ਵਾਸਤੇ ਬੱਚੇ ਨੂੰ ਆਇਆ ਸੀ ਦੇਖੋ ਜੀ ਜਦੋਂ ਭੂਆ ਜੀ ਨੂੰ ਫੋਨ ਕੀਤਾ ਗਿਆ ਸ਼ਾਮੀ 7:45 ਅਤੇ ਇਹ ਮਤਲਬ ਕਹਿੰਦੇ ਸੀ ਵੀ ਮੈਂ ਆਪਣੇ ਘਰ ਵਾਲੇ ਨੂੰ ਘੱਲਦੀ ਹਾਂ ਇਹਦੇ ਫੁੱਫੜ ਨੂੰ ਉਹ ਲੈ ਜਾਂਦਾ ਇਹਨੂੰ ਆਣ ਕੇ
ਤੇ ਜਦੋਂ ਇਹ ਲੈਣ ਆਇਆ ਬੱਚਾ ਡਰ ਗਿਆ ਉਹਦੇ ਤੋਂ ਤੇ ਬੱਚਾ ਜਿਹੜਾ ਡਰ ਕੇ ਤੇ ਇਹ ਮਤਲਬ ਲੁੱਕ ਗਿਆ ਉੱਥੇ ਸਕੂਲ ਦੇ ਵਿੱਚ ਹੀ ਤੇ ਬੱਚੇ ਨੂੰ ਅਸੀਂ ਮਤਲਬ ਕਾਫੀ ਟਾਈਮ ਅੱਧਾ ਕੁ ਘੰਟਾ ਪੌਣਾ ਘੰਟਾ ਲੱਭਣ ਤੇ ਲਾਤਾ ਵਾ ਜਦੋਂ ਬੱਚਾ ਲੱਭਾ ਵਾ ਤੇ ਜਦੋਂ ਉਹਦਾ ਫੁੱਫੜ ਸੀ ਉਹ ਬੱਚੇ ਨੂੰ ਮਤਲਬ ਧੱਕੇ ਨਾਲ ਫੜਦਾ ਸੀ ਤੇ ਜੋ ਮੇਰੇ ਮਹੱਲੇ ਦੇ ਜਿੰਨੇ ਵੀ ਬੰਦੇ ਸੀ ਉਹਨਾਂ ਨੇ ਮਾੜੀ ਮਦਦ ਕੀਤੀ ਨਾਲ ਤੇ ਬੱਚੇ ਨੂੰ ਮਤਲਬ ਅਸੀਂ ਆਪਣੇ ਕੋਲ ਰੱਖਿਆ ਤੇ ਜਦੋਂ ਉਸ ਨੂੰ ਅਸੀਂ ਕਿਹਾ ਵੀ ਚੱਲ ਭਾਈ ਥਾਣੇ ਚੱਲ ਅਸੀਂ ਸਕੂਲ ਦੇ ਮਾਲਕ ਨਾਲ ਗੱਲ ਕੀਤੀ ਕਹਿੰਦੇ ਵੀ ਥਾਣੇ ਜਾ ਕੇ ਤੇ ਤੁਹਾਨੂੰ ਮਤਲਬ ਬੱਚਾ ਦਿੱਤਾ ਜਾਏਗਾ ਤੇ ਉਹਦਾ ਫੁੱਫੜ ਜਿਹੜਾ ਸੀ ਉਹ ਥਾਣੇ ਨਹੀਂ ਗਿਆ ਸਾਡੇ ਨਾਲ ਉਹ ਆਪਣੀ ਐਕਟਿਵਾ ਲੈ ਕੇ ਤੇ ਫਰਾਰ ਹੋ ਗਿਆ ਉੱਥੋਂ ਅਸੀਂ ਬੱਚੇ ਨੂੰ ਬਾਅਦ 'ਚ ਖੜਿਆ ਵਾ ਐਕਟਿਵ ਉੱਥੇ ਥਾਣੇ ਬਾਹਰਲੇ ਤੇ ਉੱਥੇ ਜਾ ਕੇ ਇਹਦੇ ਕੋਲ ਅਸੀਂ ਬਿਆਨਬਾਜ਼ੀ ਬੱਚੇ ਨੇ ਕੀਤੀ ਆ ਥਾਣੇਦਾਰ ਸਾਹਿਬ ਨਾਲ ਜਿਹੜੀਆਂ ਬੱਚੇ ਦੀਆਂ ਲਾਸ਼ਾਂ ਪਾਈਆਂ ਗਈਆਂ ਨੇ ਜਾਂ ਬੱਚੇ ਦੀਆਂ ਸੱਟਾਂ ਲਾਈਆਂ ਗਈਆਂ ਨੇ ਇਹ ਕਿੱਥੇ ਲਾਈਆਂ ਗਈਆਂ ਸਕੂਲ 'ਚ ਕੁੱਟਿਆ ਗਿਆ ਜਾਂ ਸਕੂਲ 'ਚੋਂ ਬਾਹਰ ਕੁੱਟਿਆ ਗਿਆ ਜਾਂ ਤੁਹਾਡੇ ਜਦੋਂ ਤੁਸੀਂ ਬੁਲਾਇਆ ਫੁੱਫੜ ਨੂੰ ਕਿ ਮੌਕੇ 'ਤੇ ਕੁੱਟਿਆ ਗਿਆ ਸੀ ਇਹ ਨਹੀਂ ਸਰ ਇਹ ਜਦੋਂ ਦੁਪਹਿਰੇ ਬੱਚਾ ਪੌਣੇ 4 ਵਜੇ ਲੈ ਗਏ ਆ ਨਾ ਇਸ ਤੋਂ ਬਾਅਦ ਹੀ ਘਟਨਾ ਹੋਈ ਇਹਦੇ ਨਾਲ ਹਾਂਜੀ ਅਤੇ ਇਹ ਬਾਅਦ ਜਦੋਂ ਅਸੀਂ ਰਾਤ ਇਹਦੀਆਂ ਲਾਸ਼ਾਂ ਵੇਖੀਆਂ ਤਾਂ ਫਿਰ ਜਾ ਕੇ ਸਾਨੂੰ ਜਰਾ ਮਾੜਾ ਜਿਹਾ ਵੀ ਪਤਾ ਲੱਗਾ ਵੀ ਬੱਚੇ ਨੂੰ ਕੁੱਟਿਆ ਮਾਰਿਆ ਬਹੁਤ ਆ ਇਹ ਬਹੁਤ ਬੱਚਾ ਕੰਮ ਰਿਹਾ ਸੀ ਬਹੁਤ ਇਹਨੂੰ ਠੰਡ ਲੱਗ ਰਹੀ ਸੀ ਅਤੇ ਬੱਚੇ ਦੇ ਹੱਥ ਵੀ ਸੁੱਜਿਆ ਸੀ ਇੱਕ ਅਤੇ ਜਦੋਂ ਇਸ ਬੱਚੇ ਨੂੰ ਅਸੀਂ ਮੁੜ ਕੇ ਦਵਾਈ ਦਵੂਈ ਵੀ ਦਵਾਈ ਹੈ ਰਾਤ ਵੀ ਹੁਣ ਵੀ ਇਹਨੂੰ ਮਾਨਾ ਵਾਲੇ ਹਸਪੀਟਲੋਂ ਅਸੀਂ ਇਹਦਾ ਸਾਰਾ ਟ੍ਰੀਟਮੈਂਟ ਕਰਾਇਆ ਇਹਦਾ ਅਤੇ ਬਾਕੀ ਸਰ ਇਹਦੇ ਜਿਹੜੀ ਬੱਚਾ ਕਹਿੰਦਾ ਕੀ ਹੈ ਮਾਰਨ ਦਾ ਕਾਰਨ ਕੀ ਹੈ ਫੁੱਫੜ ਕੀ ਕਿਉਂ ਦੱਸਦਾ ਵੀ ਕਿਉਂ ਉਸ ਨੂੰ ਜਿਹੜਾ ਇਸ 'ਤੇ ਭੂਆ ਫੁੱਫੜ ਜਿਹੜਾ ਤਸ਼ੱਦਦ ਹਟਾਇਆ ਗਿਆ ਕੀ ਕਾਰਨ ਕੀ ਮਾਰਨ ਦਾ ਸਰ ਹੁਣ ਇਹ ਤਾਂ ਸਰ ਇਹਨਾਂ ਦੇ ਘਰ ਦਾ ਮਸਲਾ ਸਾਨੂੰ ਤਾਂ ਰਾਤੀ ਮਤਲਬ ਸਾਡੇ ਨਾਲ ਤਾਂ ਜਿਹੜੀ ਗੱਲ ਹੋਈ ਹੈ ਸਾਨੂੰ ਰਾਤੀ ਸਾਰਾ ਕੰਮ ਹੋਇਆ ਸਾਡੇ ਮਤਲਬ ਸਾਡੇ ਧਿਆਨ 'ਚ ਰਾਤੀ ਆਇਆ ਸਾਰਾ ਗੱਲਬਾਤ ਅਤੇ ਇਹ ਬੱਚੇ ਨੂੰ ਮਤਲਬ ਅਸੀਂ ਪੁੱਛਿਆ ਗਿਆ ਵਾ ਅਤੇ ਬੱਚਾ ਇਹੀ ਕਹਿੰਦਾ ਵੀ ਮੈਨੂੰ ਅੱਗੇ ਵੀ ਟੋਰਚਰ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਉਹ ਸਕੂਲ ਦੇ ਚੌਂਕੀਦਾਰ ਨਾਲ ਜਿਹਨੇ ਕਿ ਇਸ ਬੱਚੇ ਦੀ ਜਿਹੜੀ ਆ ਰਾਖ ਜਿਹੜੀ ਰੱਖਿਆ ਗਿਆ ਵਾ ਆਪਣੇ ਕੋਲ ਸੰਭਾਲਿਆ ਗਿਆ ਵਾ ਇਸ ਮਲੇ ਇਸ ਮੌਕੇ 'ਤੇ ਜਿਹੜਾ ਇਸ ਕਹਿਣਾ ਵਾ ਚੌਂਕੀਦਾਰ ਦਾ ਵੀ ਬੱਚੇ ਦੇ ਕਾਫੀ ਸਿਦਰਟ ਆ ਗਿਆ ਤੁਸੀਂ ਦੇਖਿਆ ਤਸਵੀਰਾਂ ਵਿੱਚ ਕਿਸ ਤਰ੍ਹਾਂ ਬੱਚੇ ਦਾ ਜਿਹੜਾ ਸਿਰ 'ਤੇ ਪੱਟੀ ਲੱਗੀ ਆ ਸਿਰ 'ਤੇ ਸੱਟਾਂ ਲੱਗੀਆਂ ਨੇ ਅਤੇ ਪਿੰਡੇ 'ਤੇ ਕਾਫੀ ਲਾਸ਼ਾਂ ਪੈਣੀਆਂ ਬੱਚੇ ਦੇ ਪਾਈ ਜਾਂਦੀਆਂ ਨੇ ਅਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਸਮਾਜ ਸੇਵੀ ਨੇ ਜਿਹੜੇ ਕਿ ਸੋਨੂੰ ਜੰਡਿਆਲਾ ਅਕਸਰ ਹੀ ਇਹ ਲੋਕ ਭਲਾਈ ਦੇ ਕੰਮ ਕਰਦੇ ਨੇ ਅੱਜ ਵੀ ਸਾਡੇ ਨਾਲ ਨੇ ਸੋਨੂੰ ਜੰਡਿਆਲਾ ਜੀ ਬੜਾ ਸ਼ਰਮ ਵਾਲੀ ਗੱਲ ਆ ਇੱਕ ਛੋਟੇ ਜਿਹੇ ਬੱਚੇ 6 ਸਾਲ ਦੇ ਜਿਹੜਾ ਕਿ ਮਾਸੂਮ ਜਿਹਾ ਬੱਚਾ ਉਸ 'ਤੇ ਬੜੀਆਂ ਸਿੱਧਾ ਢਾਇਆ ਗਿਆ ਵਾ ਉਸ 'ਤੇ ਜਿਹੜੀਆਂ ਲਾਸ਼ਾਂ ਪਿੰਡੇ 'ਤੇ ਪਾਈਆਂ ਗਈਆਂ ਬਹੁਤ ਸ਼ਰਮ ਵਾਲੀ ਗੱਲ ਆ ਕਿਸ ਤਰ੍ਹਾਂ ਦੇ ਸਾਰੇ ਮਾਪੇ ਨੂੰ ਬਹੁਤ ਮਾੜੀ ਗੱਲ ਆ ਜੀ ਜਿਹੜੇ ਲੋਕ ਬੱਚਿਆਂ ਨੂੰ ਤਰਸਦੇ ਨੇ ਉਹਨਾਂ ਕੋਲ ਬੱਚੇ ਵੇਖੋ ਅੱਜ ਪਰਮਾਤਮਾ ਨੇ ਜਿਨ੍ਹਾਂ ਨੂੰ ਦਾਤ ਦਿੱਤੀ ਆ ਅਤੇ ਉਹ ਲੋਕ ਇੰਨੇ ਨਿਦਈ ਹੋ ਚੁੱਕੇ ਨੇ ਵੀ ਇੰਨਾ ਕੁ ਜ਼ਿਆਦਾ ਜਲਾਦਾਂ ਵਾਂਗੂ ਇਹਨੂੰ ਬੱਚੇ ਨੂੰ ਮਾਰਿਆ ਜਦ ਮੈਂ ਵੀਡੀਓ ਵੇਖੀ ਸਵੇਰੇ ਵੀਡੀਓ ਆਈ ਤਾਂ ਮੈਂ ਸਕੂਲ ਦੇ ਵਿੱਚ ਜਾ ਕੇ ਇਹਨਾਂ ਕਸ਼ਮੀਰ ਸਿੰਘ ਹੋਣਾ ਨੂੰ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਦੱਸਿਆ ਕਿਸੇ ਨੂੰ ਇਹਨਾਂ ਪ੍ਰਸ਼ਾਸਨ ਨੂੰ ਦੱਸਿਆ ਸੀ ਫਿਰ ਮੈਂ DSP ਸਾਹਿਬ ਦੇ ਧਿਆਨ 'ਚ ਲਿਆਂਦਾ ਸਾਡੇ ਜਿਹੜੇ ਹੋਰ ਨੁਮਾਇੰਦੇ ਆ ਸਾਰਿਆਂ ਦੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਫਿਰ ਉੱਥੇ ਇੰਚਾਰਜ ਸਾਹਿਬ ਆਏ ਉਹਨਾਂ ਮੌਕੇ 'ਤੇ ਆ ਕੇ ਫਿਰ ਦੇਖਿਆ ਅਤੇ ਫਿਰ ਸਾਨੂੰ ਉਹਨਾਂ ਕਿਹਾ ਵੀ ਤੁਸੀਂ ਭਾਅ ਜੀ ਮੈਡੀਕਲ ਕਰਵਾ ਦਿਓ ਅਸੀਂ ਜੋ ਕਾਰਵਾਈ ਬਣਦੀ ਕਰਾਂਗੇ ਪਰ ਐਡੀ ਮਾੜੀ ਗੱਲ ਇੰਨੀ ਸ਼ਰਮਨਾਕ ਹਰਕਤ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੇ ਨਾਲ ਵੀ ਕੋਈ ਥੋੜ੍ਹੀ ਜਿਹੀ ਵੀ ਤੁਹਾਡੇ 'ਚ ਮਤਲਬ ਜਲਾਦਾਂ ਵਾਲੇ ਕੰਮ ਇੱਕ ਬੱਚੇ ਨੂੰ ਮਾਰਨਾ ਹੈ ਕੋਈ ਬਹੁਤ ਚੰਗੀ ਗੱਲ ਤਾਂ ਹੈ ਨਹੀਂ ਜੇ ਤੁਹਾਨੂੰ ਇੰਨਾ ਕੁਛ ਲੜਦਾ ਤਾਂ ਬਾਹਰ ਜਾ ਕੇ ਕਿਸੇ ਨਾਲ ਲੜੋ ਦੱਸੋ ਸੋਨੂੰ ਭਾਜੀ ਕੀ ਕਾਰਨ ਕੀ ਕੁੱਟਣ ਦਾ ਬੱਚਾ ਕੀ ਦੱਸਦਾ ਵਾ ਵੀ ਉਸਦੇ ਭੂਆ ਫੁੱਫੜ ਕਿਉਂ ਮਾਰੇ ਨੇ ਅਸੀਂ ਦੇਖਿਆ ਵੀ ਜ਼ਿਆਦਾਤਰ ਭੂਆ ਫੁੱਫੜ ਹਮੇਸ਼ਾ ਬੱਚਿਆਂ ਨਾਲ ਪਿਆਰ ਕਰਦੇ ਨੇ ਬੱਚਿਆਂ ਨੂੰ ਲਾਡ ਕਰਦੇ ਨੇ ਵੀ ਅਜਿਹਾ ਕੀ ਕਰਤਾ ਬੱਚੇ ਨੇ ਵੀ ਉਹਨੂੰ ਜਿਹੜਾ ਇੰਨੀ ਦਰਿੰਦਗੀ ਨਾਲ ਉਹਨੂੰ ਮਾਰਿਆ ਗਿਆ ਉਸਦੇ ਲਾਸ਼ਾਂ ਜਿਹੜੀਆਂ ਡੰਗਰਾਂ ਅਸੀਂ ਦੇਖਿਆ ਉਸਦੇ ਪਿੰਡੇ 'ਤੇ ਲਾਸ਼ਾਂ ਪਾਈਆਂ ਹੋਈਆਂ ਨੇ ਕੀ ਅਜਿਹਾ ਕਾਰਨ ਬਣ ਗਿਆ ਸੀ ਵੇਖੋ ਇਹ ਜਦੋਂ ਇਹਦੇ ਸੱਟਾਂ ਜਿੱਦਾਂ ਮਾਰੀਆਂ ਵੇਖ ਕੇ ਤਾਂ ਗੁੱਸਾ ਹਰ ਬੰਦੇ ਨੂੰ ਇਨਸਾਨੀਅਤ ਜੋ ਰੱਬ ਤੋਂ ਡਰਦਾ ਵਾ ਉਹਨੂੰ ਵੇਖ ਕੇ ਤਾਂ ਗੁੱਸਾ ਆਉਂਦਾ ਹੀ ਆ ਪਰ ਇੰਨੀ ਕਿਹੜੀ ਇਹੋ ਜਿਹੀ ਬੱਚੇ ਨੇ ਗਲਤੀ ਕਰਤੀ ਜਿਹੜਾ ਇੰਨਾ ਉਹਨੂੰ ਕੁੱਟਣਾ ਉਹਦੇ ਸਿਰ 'ਤੇ ਸੱਟਾਂ ਲਾਤੀਆਂ ਲੱਕ 'ਤੇ ਡਾਕਟਰ ਵੀ ਵੇਖ ਕੇ ਹੈਰਾਨ ਹੋ ਗਏ ਕਿ ਇੱਕ ਮਾਸੂਮ ਬੱਚੇ ਦੇ ਨਾਲ ਇੰਨਾ ਹੀ ਕੁੱਟ ਮਾਰ ਅਤੇ ਪਰ ਬਹੁਤ ਸ਼ਰਮ ਵਾਲੀ ਗੱਲ ਹੈ ਐਸੇ ਲੋਕਾਂ ਦੇ ਲਈ ਜਦੋਂ ਇਹਨੂੰ ਪੁੱਛਿਆ ਇਹਦੇ ਮਾਤਾ ਪਿਤਾ ਕਹਿੰਦਾ ਵੀ ਉਹ 1.5 ਸਾਲ ਤੋਂ ਹੀ ਮੈਨੂੰ ਛੱਡ ਗਏ ਸੀਗੇ ਉਹ ਭੂਆ ਫੁੱਫੜ ਕੋਲ ਰਹਿਣ ਡਿਆ ਜੇ ਨਹੀਂ ਉਹਨਾਂ ਰੱਖਣਾ ਤਾਂ ਉੱਥੇ ਬਹੁਤ ਲੋਕ ਲੋੜ ਆ ਜਿਹਨਾਂ ਨੂੰ ਬੱਚਿਆਂ ਦੀ ਉਹਨੂੰ ਦੇ ਦਿਉ ਇਹਦੇ 'ਚ ਕੁੱਟਣ ਦੀ ਕੀ ਲੋੜ ਇਹਨੂੰ ਵਿਚਾਰੇ ਨੂੰ ਮਾਸੂਮ ਨੂੰ ਕੁੱਟ ਕੇ ਹੁਣ ਰਾਤ ਜੇਕਰ ਇਹ ਕਸ਼ਮੀਰ ਸਿੰਘ ਹੋਣੀ ਨਾ ਇਸ ਬੱਚੇ ਨੂੰ ਬਚਾਉਂਦੇ ਨਾ ਰੱਖਦੇ ਤਾਂ ਬੱਚਾ ਵਿਚਾਰਾ ਅੱਜ ਸਾਡੇ ਵਿੱਚ ਮੌਜੂਦ ਵੀ ਨਾ ਹੁੰਦਾ ਮੈਨੂੰ ਦੱਸੋ ਵੀ ਸਾਰੀ ਰਾਤ ਲੰਘ ਗਈ ਆ ਅੱਜ ਫਿਰ ਸ਼ਾਮ ਪੈ ਗਈ ਆ ਸ਼ਾਮ ਦੇ 4 ਵੱਜ ਗਏ ਨੇ ਹੁਣ ਵੀ ਅੱਜ ਤੱਕ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਭੂਆ ਫੁੱਫੜ 'ਤੇ ਕੋਈ ਕਾਰਵਾਈ ਕੀਤੀ ਗਈ ਕਿ ਨਹੀਂ ਕੀਤੀ ਹਜੇ ਤੱਕ ਕਾਰਵਾਈ ਤੁਹਾਨੂੰ ਪਤਾ ਹੀ ਆ ਜੀ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਸਾਡਾ ਪ੍ਰਸ਼ਾਸਨ ਜਦੋਂ ਕਹਿੰਦੇ ਤੁਸੀਂ ਇਹੋ ਜਿਹੀ ਗੱਲ ਕਰੋਗੇ ਤਾਂ ਉਹਨਾਂ ਕਹਿੰਦਾ ਥਾਣੇ 'ਚ ਫੋਰਸ ਹੀ ਨਹੀਂ ਹੈਗੀ ਇਹ ਮੈਡੀਕਲ ਕਰਵਾਉਣਾ ਕੰਮ ਸਰਕਾਰਾਂ ਦਾ ਸੀਗਾ ਪ੍ਰਸ਼ਾਸਨ ਦਾ ਸੀਗਾ ਅਸੀਂ ਤਾਂ ਚਲੋ ਬੱਚਾ ਸਾਡਾ ਜਿੱਦਾਂ ਦੇ ਸਾਡੇ ਬੱਚੇ ਉੱਦਾਂ ਦਾ ਇਹ ਬੱਚਾ ਅਸੀਂ ਤਾਂ ਵੇਖੋ ਜੰਡਿਆਲੇ ਵਾਲੇ ਜਿੰਨੇ ਜਣੇ ਵੀ ਸੀ ਸਾਰੇ ਜਣੇ ਇਹਦੇ ਨਾਲ ਜਿੰਨੇ ਜੋ ਕਿ ਹੈਗੇ ਹਾਜ਼ਰ ਆ ਅਸੀਂ ਉਸੇ ਵੇਲੇ ਆ ਗਏ ਪਰ ਸਰਕਾਰ
कि एक बच्चे रात का नाल की कुछ हो गया, उन्होंने फड़िया क्यों नहीं, हुण उन्होंने लिया के उत्थे पुछण भी की गल हुई, इहदे माता पिता का पता करन, इहदे भूआ फुफड़ का पता करन, कित्थे रहिंदे आ, की गल हुई सी, जिहड़ा इन्नी कुटमार क्यों की है बच्चे ने। बिल्कुल जी, बहुत धन्यवाद जी। इसी गल बात सोनू जिंडियाला जिहड़े कि समाज सेवी ने, अज इस बच्चे दे नाल मोढ़े नाल मोढ़ा लगा खड़े ने, बच्चे की मदद वास्ते उन्होंने दस्सिया भी घर रात जो पता लगा इस बच्चे की भी बच्चे के सिगरेट आ गया, उदों दे नाल ने। तो हुण गलबात करां गुआंढी नाल, क्योंकि जिहड़े गुआंढी हुंदे ने उन्हां नूं सारा परिवार का पता हुंदा वा, ਵੀਰ ਜੀ ਤੁਸੀਂ ਬਿਲਕੁਲ ਗੁਆਂਢੀ ਜੇ ਇਸ ਬੱਚੇ ਦੇ ਭੂਆ ਫੁੱਫੜ ਦੇ, ਕੀ ਹਾਲਾਤ ਕੀ ਸੀ ਨੇ, ਬੱਚੇ ਨੂੰ ਸ਼ੁਰੂ ਤੋਂ ਕੁੱਟਦੇ ਸੀ ਜਾਂ ਕੱਲ੍ਹ ਰਾਤ ਹੀ ਕੁੱਟਿਆ ਗਿਆ? ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਵੇਖ ਕੇ ਰੌਲਾ ਪੈਣ ਡਿਆ ਸੀ, ਅਸੀਂ ਵੇਖ ਕੇ ਅੰਦਰ ਗਏ ਹਾਂ, ਕਹਿੰਦੇ ਬੱਚਾ ਇੱਧਰ ਨੂੰ ਗਿਆ ਵਾ ਅਤੇ ਲੱਭਣਾ ਵਾ। ਅਸੀਂ ਜਦੋਂ ਬੱਚੇ ਨੂੰ ਵੇਖਣ ਦੇ ਲੱਭਿਆ, ਘੰਟਾ ਦੋ ਘੰਟੇ ਲੱਭਿਆ, ਨਹੀਂ ਲੱਭਿਆ, ਫਿਰ ਉੱਤੋਂ ਕੋਠੇ ਤੋਂ ਕਿਸੇ ਨੇ ਦੱਸਿਆ ਕਿ ਇੱਧਰ ਨੂੰ ਲਾਲ ਨਿਕਰ ਪਾ ਕੇ ਭੱਜਿਆ, ਫਿਰ ਅਸੀਂ ਵੇਖਿਆ ਤਾਂ ਝਾੜੀਆਂ ਦੇ ਵਿੱਚ ਲੁਕਿਆ ਸੀ ਅਤੇ ਬਾਹਰ ਕੱਢਿਆ। ਉਹਨਾਂ ਚਿਰ ਨੂੰ ਇਹਦੇ ਫੁੱਫੜ ਜੀ ਆਏ ਆ, ਉਹ ਇਹਨੂੰ ਖਿੱਚਣ ਲੱਗ ਪਏ ਕਿ ਮੈਂ ਘਰ ਖੜਨਾ ਵਾਂ। ਅਸੀਂ ਕਿਹਾ ਕਿ ਨਹੀਂ ਜਾਣ ਦੇਣਾ, ਅਸੀਂ ਪਹਿਲਾਂ ਥਾਣੇ ਰਿਪੋਰਟ ਲਿਖਾ ਕੇ ਫਿਰ ਭੇਜਣਾ ਵਾਂ। ਇਸੇ ਗੱਲੋਂ ਫਿਰ ਉਹਨੂੰ ਗਾਂਹ ਪਛਾਂ ਕੀਤਾ ਅਤੇ ਫਿਰ ਮੁੰਡੇ ਨੂੰ ਪਾਣੀ ਪੂਣੀ ਪਿਆਇਆ। ਸੋ ਜਿਹੜੇ ਲਾਸ਼ਾਂ ਪਾਈਆਂ ਬੱਚੇ ਨੂੰ ਕੁੱਟਿਆ ਗਿਆ ਵਾ, ਇਹ ਤੁਹਾਡੇ ਲਾਗੇ ਰਹਿੰਦੇ ਨੇ, ਤੁਸੀਂ ਵੇਖਿਆ ਬੱਚੇ ਦੀਆਂ ਚੀਕਾਂ ਆਵਾਜ਼ਾਂ ਤੁਸੀਂ ਸੁਣੀਆਂ ਕਿ ਹਾਲਾਤ ਸੀ? ਇਹ ਸਾਡੇ ਤੋਂ ਬਹੁਤ ਦੂਰ ਰਹਿੰਦੇ ਆ, ਕਿਲੋਮੀਟਰ ਦੂਰ ਰਹਿੰਦੇ ਆ, ਸਾਨੂੰ ਇਹ ਗੱਲ ਦਾ ਨਹੀਂ ਪਤਾ। ਅਸੀਂ ਤਾਂ ਉਦੋਂ ਵੇਖਿਆ ਜਦੋਂ ਇਹ ਬੱਚੇ ਨੂੰ ਅੰਦਰੋਂ ਫੜਿਆ ਵਾ। ਹੁਣ ਬੱਚੇ ਜਿਹੜੇ ਭੂਆ ਫੁੱਫੜ ਨੇ ਉਹ ਪੁਲਿਸ ਦੀ ਸਟੱਡੀ ਜਾਂ ਪੁਲਿਸ ਤੋਂ ਫਰਾਰ ਨੇ? ਹੁਣ ਪੁਲਿਸ ਤੋਂ ਫਰਾਰ ਆ, ਬਾਕੀ ਪੁਲਿਸ ਕਾਰਵਾਈ ਕਰੇਗੀ ਅਤੇ ਫਿਰ ਵੇਖਾਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਦੇਖਿਆ ਤੁਸੀਂ ਇਲਾਕਾ ਨਿਵਾਸੀ ਨੇ ਜਿਹੜੇ ਕਿ ਇਸ ਬੱਚੇ ਮਾਸੂਮ ਬੱਚੇ ਦੇ ਨਾਲ ਖੜੇ ਨੇ, ਅਤੇ ਬੱਚੇ ਦੇ ਜਿਹੜਾ ਕਿੰਨਾ ਸਜਟ ਆ ਗਿਆ ਭੂਆ ਫੁੱਫੜ ਵੱਲੋਂ, ਹੁਣ ਬੱਚੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੇਟਾ ਕੀ ਨਾਮ ਤੁਹਾਡਾ? ਏਕਨੂਰ ਸਿੰਘ। ਏਕਨੂਰ, ਇਹਨੇ ਤੁਹਾਡੇ ਜਿਹੜੇ ਸੱਟਾਂ ਲੱਗੀਆਂ ਨੇ, ਕਿੰਨੇ ਤੁਹਾਨੂੰ ਮਾਰਿਆ ਇਹਨਾਂ? ਮੇਰੇ ਫੁੱਫੜ ਜੀ ਨੇ। ਫੁੱਫੜ ਜੀ ਨੇ, ਕੀ ਨਾਮ ਫੁੱਫੜ ਜੀ ਦਾ? ਦਾਰਾ ਸਿੰਘ। ਫੁੱਫੜ ਦਾਰਾ ਸਿੰਘ, ਮਾਰਨ ਦਾ ਕਾਰਨ ਕੀ ਸੀ, ਕੀ ਗਲਤੀ ਕਰਦੀ ਜਿਹੜੀ ਤੈਨੂੰ ਇੰਨਾ ਕੁੱਟਿਆ ਬੱਚੇ? ਬਾ ਮੈਨੂੰ ਨਹੀਂ ਪਤਾ, ਮੈਂ ਉਹ ਮੇਰੇ ਕੋਲ ਝਾੜੂ ਪੋਚਾ ਮਰਵਾਉਂਦੇ ਆ। ਤੇ ਮੈਨੂੰ ਇਸ ਰੋਜ਼ ਕੁੱਟਦੇ ਸੀ ਕਿ ਅੱਜ ਹੀ ਕੁੱਟਿਆ ਸੀ? ਕਦੀ ਕਦੀ ਇੱਦਾਂ ਹੀ ਕੁੱਟਦੇ ਹੁੰਦੇ ਸੀਗੇ। ਰੋਟੀ ਦਿੰਦੇ ਸੀ ਖਾਣ ਵਾਸਤੇ ਪੂਰੀ? ਦਿੰਦੇ ਹੁੰਦੇ ਸੀਗੇ। ਬੱਚੇ ਦਾ ਕਹਿਣਾ ਵੀ ਉਸ ਦਾ ਜਿਹੜਾ ਭੂਆ ਫੁੱਫੜ ਆ ਉਸਨੂੰ ਰੋਜ਼ ਕੁੱਟਦੇ ਸੀ, ਅਤੇ ਖਾਸ ਕਰਕੇ ਬੱਚੇ ਦਾ ਇਹ ਵੀ ਕਹਿਣਾ ਵੀ ਉਸ ਕੋਲ ਜਿਹੜਾ ਘਰ ਦਾ ਕੰਮ ਕਰਾਇਆ ਜਾਂਦਾ ਸੀ ਅਤੇ ਕੰਮ ਕਰਨ ਤੋਂ ਜਦੋਂ ਮਨ੍ਹਾ ਕੀਤਾ ਜਾਂਦਾ ਸੀ, ਉਸ ਤੋਂ ਬਾਅਦ ਜਿਹੜਾ ਬੱਚੇ ਨੂੰ ਤਸ਼ੱਦਦ ਆਇਆ ਜਾਂਦਾ ਤਾਂ ਬੱਚੇ ਨੂੰ ਜਿਹੜਾ ਜਾਨਵਰ ਵਾਂਗ ਜਿਹੜਾ ਕੁੱਟਿਆ ਜਾਂਦਾ ਸੀ। ਹੁਣ ਦੇਖਣਾ ਹੋਵੇਗਾ ਵੀ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਆ, ਕਿਉਂਕਿ ਜਿਉਂਦਾ ਵੀਡੀਓ ਵਾਇਰਲ ਹੋ ਰਹੀ ਆ, ਉਹਨਾਂ ਦਾ ਜਿਹੜੀ ਆ ਪੁਲਿਸ ਨੇ ਹਜੇ ਤੱਕ ਕੋਈ ਕਹਿੰਦੇ ਵੀ ਕਾਰਵਾਈ ਨਹੀਂ ਕੀਤੀ। ਹੁਣ ਪੁਲਿਸ ਨਾਲ ਵੀ ਗੱਲਬਾਤ ਕਰਦੇ ਹਾਂ, ਅੱਜ ਦੇ ਪੁੱਛਦੇ ਹਾਂ ਵੀ ਜੰਡਿਆਲਾ ਦੇ SHO ਸਾਹਿਬ ਨਾਲ ਕੀ ਕਾਰਵਾਈ ਕੀਤੀ ਹੈ ਅਜਿਹੇ ਜਿਹੜੇ ਕਿ ਜ਼ਾਲਮ ਹੈ ਭੂਆ ਫੁੱਫੜ ਦੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਰਜੀਤ ਸਿੰਘ ਗਰੇਵਾਲ ਬੋਲ ਰਿਹਾ ਜੀ, ਪੰਜਾਬੀ ਲੋਕ ਚੈਨਲ ਦਾ ਪੱਤਰਕਾਰ। ਹਾਂਜੀ ਸਰ, ਬੋਲੋ ਜੀ। ਸਰ, ਤੁਹਾਡੇ ਕੋਲ ਇੱਕ ਮਾਮਲਾ ਆਇਆ ਬੱਚੇ ਦੀ ਕੁੱਟ ਮਾਰ ਦਾ ਜਿਹੜਾ ਫੁੱਫੜ ਵੱਲੋਂ, ਇਹ ਸਰ ਕੀ ਹੈ ਜੀ ਮਾਮਲਾ? ਇਹ ਕੋਈ ਬੱਚਾ ਆ, ਉਹ ਘਰੋਂ ਆਪਣੇ ਦੌੜ ਗਿਆ ਹੈਗਾ। ਹਾਂਜੀ, ਉਹਦੇ ਪਿੰਡੇ ਦੇ ਸੱਟਾਂ ਦੇ ਨਿਸ਼ਾਨ ਆ, ਹੁਣ ਉਹਦੇ ਬਿਆਨ ਵੀ ਲੈਂਦੇ, ਮੈਡੀਕਲ ਕਰਾਉਣ ਗਏ ਹੋਏ ਆ ਉਹਦੇ ਵਾਰਸ। ਲਾਸ਼ਾਂ ਬਹੁਤ ਪਈਆਂ ਪਿੰਡੇ ਦੇ, ਉਹਦਾ ਸਿਰ ਤੇ ਸੱਟ ਲੱਗੀ ਆ, ਕੀ ਹੋਈ ਹਜੇ ਤੱਕ? ਸਰ, ਬੱਚੇ ਦਾ ਮੈਡੀਕਲ ਕਰਾ ਰਹੇ ਆ, ਬੱਚੇ ਦਾ ਮੈਡੀਕਲ ਕਰਾਉਣ ਲਈ ਭੇਜਿਆ ਹਸਪਤਾਲ, ਜਿੱਦਾਂ ਹਸਪਤਾਲ ਨੂੰ ਰਿਪੋਰਟ ਆਉਂਦੀ ਡਾਕਟਰ ਸਾਹਿਬ ਦੇ ਹਿਸਾਬ ਨਾਲ ਕਾਰਵਾਈ ਹੋਊ। ਤੇ ਹੁਣ ਸਰ ਕੀ ਆਪਣੇ ਵੱਲੋਂ ਕਾਰਵਾਈ ਕੀਤੀ ਜਾਊਗੀ? ਹਾਂਜੀ ਸਰ, ਠੀਕ ਹੈ ਜੀ।